ਮੈਂ ਹਾਂ ਨਵਰੀਤ ਸਵਿਆ ਤੇ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਅੱਜ ਗੋਡਿਆਂ ਦੀ ਸਮੱਸਿਆ ਜਿਹਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਸਾਨੂੰ ਸੁਨੇਹੇ ਆਏ ਕਿ ਅਸੀਂ ਜਿਹੜੀਆਂ ਕਸਰਤਾਂ ਤੁਸੀਂ ਦੱਸੀਆਂ ਉਹ ਤੋਂ ਬਾਅਦ ਸੌਖੇ ਮਹਿਸੂਸ ਕਰ ਰਹੇ ਹਾਂ ਉਸੇ ਵਿਸ਼ੇ ਦੇ ਉੱਤੇ ਉਸ ਜਾਂ ਕਹਾ ਮੈਂ ਵਿਸ਼ੇ ਨੂੰ ਅੱਗੇ ਵਧਾਉਣ ਦੇ ਲਈ ਡਾਕਟਰ ਸਾਹਿਬ ਦੇ ਕੋਲ ਪਹੁੰਚੇ ਹਾਂ ਡਾਕਟਰ ਸਾਹਿਬ ਗੁਰਮੇਲ ਸਿੰਘ ਵਿਰਕ ਜੋ ਕਿ ਰਿਟਾਇਰਡ ਸੀਐਮਓ ਨੇ ਤੇ ਹੁਣ ਪੰਜਾਬ ਨੇਚਰੋਪੈਥੀ ਸੈਂਟਰ ਪਧੌੜ ਚਲਾ ਰਿਹਾ ਹੈ ਇਹਨਾਂ ਨਾਲ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦਿੱਤਾ ਤੁਸੀਂ ਜੀ ਆਇਆਂ ਨੂੰ ਜੀ ਧੰਨਵਾਦ ਡਾਕਟਰ ਸਾਹਿਬ ਆਪਾਂ ਜਿਹੜਾ ਗੋਡਿਆਂ ਵਾਲਾ ਸ਼ੋਅ ਕੀਤਾ ਸੀਗਾ ਨਾ ਕਿਉਂਕਿ ਇਹ ਬੜੀ ਕਾਮਨ ਸਮੱਸਿਆ ਪੰਜਾਬ ਦੇ ਵਿੱਚ ਬੜੀ ਆਮ ਹੋਈ ਵੀ ਆ ਤੇ ਬਹੁਤ ਲੋਕਾਂ ਨੇ ਕਿਹਾ ਕਿ ਸਾਨੂੰ ਉਹਦੇ ਨਾਲ ਫਾਇਦਾ ਹੋਇਆ ਉਹ ਕਸਰਤਾਂ ਕਰਨ ਦੇ ਨਾਲ ਕੀ ਕੋਈ ਹੋਰ ਹੈ ਇਹਨੂੰ ਅੱਗੇ ਵਧਾ ਸਕਦੇ ਆਂ ਆਪਾਂ ਕੁਝ ਕਸਰਤਾਂ ਦੇ ਨਾਲ ਜਿਹਦੇ ਨਾਲ ਕਿਸੇ ਦਾ ਫਾਇਦਾ ਜਿਹੜਾ ਉਹ ਵਧ ਜੇ ਦੇਖੋ ਗਿਆਨ ਦੀ ਤਾਂ ਕੋਈ ਸੀਮਾ ਨਹੀਂ ਹੁੰਦੀ ਬਹੁਤ ਸਾਰੇ ਅਨੇਕਾਂ ਲੱਖਾਂ ਢੰਗ ਹੈ ਗੋਦਿਆਂ ਨੂੰ ਠੀਕ ਕਰਨ ਦੇ ਅੱਜ ਜਿੰਨਾ ਕੁ ਸਮਾਂ ਤੁਸੀਂ ਦੇਵੋਗੇ ਉਹਦੇ ਹਿਸਾਬ ਨਾਲ ਅਸੀਂ ਤੁਹਾਨੂੰ ਕੁਝ ਅਭਿਆਸ ਦੱਸ ਦਿੰਨੇ ਹਾਂ ਜਿਹੜਾ ਬੰਦੇ ਨੇ ਬੈਠ ਕੇ ਕਰਨੇ ਜਾਂ ਪੈ ਕੇ ਕਰਨੇ ਕਿਹੜੇ ਅੱਜ ਆਪਾਂ ਦੱਸਣੇ ਆ ਜੀ ਆਸਣ ਦਾ ਨਾਮ ਤਾਂ ਹੈ ਨਹੀਂ ਮੈਂ ਬੋਲੀ ਜਾਂਦਾ ਤੁਸੀਂ ਉਹਨੂੰ ਸੁਣ ਲਿਓ ਤੇ ਜਾਂ ਕੋਈ ਯੋਗਾਚਾਰੀਆ ਜਾਂ ਜੋਗ ਮੂਰੇ ਬੰਦਾ ਹੋਵੇ ਉਹ ਕਰੀ ਜਾਵੇ ਬੰਦੇ ਉਸ ਨੂੰ ਦੇਖ ਕੇ ਸਿੱਖ ਲੈਣਗੇ ਜੀ ਠੀਕ ਹੈ ਜੀ ਚਲੋ ਆ ਆਪਾਂ ਯੋਗਾਚਾਰੀਆ ਵੀ ਅੱਗੇ ਆਪਣੇ ਕਰਨਗੇ ਬਿਲਕੁਲ ਡਾਕਟਰ ਜਿਹੜੇ ਮਨਿੰਦਰ ਸਿੰਘ ਨੇ ਉਹ ਕਰਨਗੇ ਤੇ ਅਸੀਂ ਉਹਨਾਂ ਬਾਰੇ ਗੱਲਬਾਤ ਜਿਹੜੀ ਉਹ ਕਰੀ ਚੱਲਾਂਗੇ ਡਾਕਟਰ ਸਾਹਿਬ ਬੋਲੀ ਜਾਣਗੇ ਜੀ ਡਾਕਟਰ ਸਾਹਿਬ ਦੇਖੋ ਪਹਿਲਾਂ ਬੰਦੇ ਨੂੰ ਦੋਨੇ ਲੱਤਾਂ ਨਸਾਲ ਕੇ ਫਰਸ਼ ਤੇ ਬੈਠ ਜਾਣਾ ਚਾਹੀਦਾ ਹੈ ਠੀਕ ਹੈ ਉਸ ਤੋਂ ਬਾਅਦ ਅਗਰ ਸੰਭਵ ਹੋਵੇ ਤਾਂ ਮਰੀਜ਼ ਨੂੰ ਕਹਿੰਦੇ ਦੋਨੇ ਹੱਥ ਗੋਡਿਆਂ ਦੇ ਉੱਤੇ ਰੱਖ ਲਵੋ ਜੀ ਦੋਨੇ ਜਿਹੜੇ ਪੈਰ ਹੈ ਇਹ ਜੋੜ ਲਓ ਅੱਡੀਆਂ ਜੋੜ ਲਓ ਜੀ ਜੁੜ ਗਿਆ ਫਿਰ ਅਸੀਂ ਕਹਾਂਗੇ ਵੀ ਦੋਨੇ ਪੈਰਾਂ ਨੂੰ ਆਪਦੇ ਢਿੱਡ ਵੱਲ ਨੂੰ ਇਕੱਠੇ ਕਰ ਲਵੋ ਸਮਝ ਗਏ ਜੀ ਇਹ ਅਸੀਂ ਕਹਾਂਗੇ ਪੂਰਾ ਜ਼ੋਰ ਲਾ ਕੇ ਪੈਰਾਂ ਨੂੰ ਧਰਤੀ ਵੱਲ ਕਰ ਲਵੋ ਜੀ ਜਦੋਂ ਪੈਰਾਂ ਨੂੰ ਢਿੱਡ ਵੱਲ ਅਸੀਂ ਕਹਿੰਦੇ ਆ ਉਦੋਂ ਇੰਨਾ ਜ਼ੋਰ ਲੱਗੇ ਕਿ ਸੋਡੀਆਂ ਪਿੰਜਣੀਆਂ ਦੇ ਵਿੱਚ ਤਣਾਅ ਪੈਦਾ ਹੋ ਜਾਈ ਜੀ ਅ ਜਦੋਂ ਅਸੀਂ ਕਹਿੰਦੇ ਕਿ ਪੈਰ ਬਿਲਕੁਲ ਧਰਤੀ ਨਾਲ ਲੱਗ ਜਾਣ ਹੂੰ ਉਦੋਂ ਪੂਰੇ ਗਿੱਟੇ 'ਚ ਤਣਾਅ ਆ ਜੇ ਉਹ ਜਦੋਂ ਕੋਈ ਬੰਦਾ ਕਰੂਗਾ ਸਾਡੇ ਮੁਤਾਬਕ ਦੇਖ ਕੇ ਪਬਲਿਕ ਨੂੰ ਪਤਾ ਲੱਗ ਜੂਗਾ ਜੀ ਤਾਂ ਸ਼ੁਰੂ ਦੇ ਵਿੱਚ ਅਸੀਂ ਕਹਿੰਨੇ ਪੰਜ ਵਾਰ ਇਸ ਤਰ੍ਹਾਂ ਪੈਰਾਂ ਨੂੰ ਆਪ ਦੇ ਢਿੱਡ ਵੱਲ ਕਰੋ ਤੇ ਪੰਜ ਵਾਰ ਪੈਰਾਂ ਨੂੰ ਪੂਰੇ ਜ਼ੋਰ ਦੀ ਧਰਤੀ ਨਾਲ ਲਾਵੋ 8-10 ਦਿਨ ਇੱਕੋ ਕਰੋ ਫਿਰ ਇਹਦੀ ਮਾਤਰਾ ਵਧਾ ਲਓ 10 ਵਾਰ ਹੀ ਕਰ ਲਓ ਖਿੱਚੋ ਤੇ 10 ਵਾਰ ਹੀ ਥੱਲੇ ਇਹ ਪਹਿਲਾ ਅਭਿਆਸ ਕੋਹੜੇ ਵਾਲੇ ਬੰਦੇ ਨੂੰ ਜ਼ਰੂਰ ਕਰ ਲੈਣਾ ਚਾਹੀਦਾ ਹੈ ਜ਼ਰੂਰ ਜੀ ਇਹ ਤਾਂ ਇੱਕ ਹੋ ਗਿਆ ਜੀ ਜਿਹੜਾ ਅਭਿਆਸ ਹੈ ਇਹ ਪੰਜ ਵਾਰ ਹੀ ਕਰਨਾ ਜੀ हां ਸੁਰੂਜ ਪੰਜ ਵਾਰ ਕਰੋ ਜਦੋਂ ਦੇਖਿਆ ਕਿ ਮਾਸਪੇਸ਼ੀਆਂ ਨਰਮ ਹੋ ਗਿਆ ਫਿਰ ਇਹਨੂੰ 10 ਵਾਰੀ ਕਰ ਲਓ ਤੇ ਦੂਸਰਾ ਇਹਦੇ ਕਿਹੜੀ ਕਸਰਤ ਹੈ ਜੀ ਜਦੋਂ ਇਹ ਅਭਿਆਸ ਕਰਕੇ ਹਟੋਂ ਤੇ ਫਿਰ ਅਸੀਂ ਮਰੀਜ਼ ਨੂੰ ਕਹਿੰਦੇ ਆ ਕਿ ਦਮ ਲੈਣ ਵਾਸਤੇ ਜਿਹੜੇ ਹੱਥ ਹੈ ਉਹ ਥੋੜੇ ਜਿਹਾ ਪਿੱਛੇ ਲੈ ਲਓ ਤੇ ਪੈਰ ਚਾਹੇ ਖੋਲੋ ਇਹਦੇ ਨਾਲ ਫਿਰ ਬੰਦੇ ਨੂੰ ਕੁਝ ਚਿਰ ਵਾਸਤੇ ਆਰਾਮ ਮਿਲ ਜਾਂਦੀ ਹੈ ਜੀ ਦੂਸਰੇ ਅਭਿਆਸ ਵੇਲੇ ਦੋਨੇ ਅੱਡੀਆਂ ਤੇ ਪੈਰ ਫੇਰ ਜੋੜ ਲਵੋ ਤੇ ਹੱਥ ਫੇਰ ਕੋਟਿਆਂ ਤੇ ਰੱਖ ਲਵੋ ਅੱਡੀਆਂ ਵੀ ਜੁੜ ਜਾਣ ਪੈਰ ਵੀ ਜੁੜ ਜਾਣ ਤੇ ਦੋਨੇ ਪੈਰਾਂ ਨੂੰ ਜੋੜ ਕੇ ਕਲੌਕਵਾਈਜ਼ ਢੇੜਾ ਦੇਣਾ ਹੈ ਪਹਿਲਾਂ ਸੱਜੇ ਪਾਸੇ ਪੈਰ ਜਾਵਣਗੇ ਫਿਰ ਧਰਤੀ ਵੱਲ ਫਿਰ ਖੱਬੇ ਫਿਰ ਢੱਡ ਵੱਲ ਇਸ ਤਰ੍ਹਾਂ ਦੇ ਪੰਜ ਢੇੜੇ ਬੰਦੇ ਨੂੰ ਦੇ ਲੈਣੇ ਚਾਹੀਦੇ ਆ ਸਿੱਧੇ ਉਦੋਂ ਬਾਅਦ ਇਹ ਪੰਜ ਢੇੜੇ ਬਿਲਕੁਲ ਪੁੱਠੇ ਦਸ ਹੱਥ ਤੇ ਗਦੇਨ ਇਸ ਤਰ੍ਹਾਂ ਕਰੋ ਉਦਵਾਰੇ 10-10 ਕਰ ਲਵੋ ਜੀ ਇਹ ਕਰਕੇ ਫਿਰ ਬੰਦੇ ਨੂੰ ਉਸੇ ਤਰ੍ਹਾਂ ਹੀ ਆਰਾਮ ਕਰ ਲੈਣਾ ਚਾਹੀਦਾ ਪੈਰ ਖੋਲੋ ਹੱਥ ਪਿੱਛੇ ਲੈ ਜਾਓ ਤਾਂ ਕਿ ਸਾਰਾ ਜੋਰ ਪਿੱਛੇ ਬਾਹਾਂ ਤੇ ਆ ਜਾਏ ਢੂਈ ਨੂੰ ਰਾਹ ਮਿਲ ਜੇ ਇਹ ਦੂਸਰਾ ਅਭਿਆਸ ਹੋ ਗਿਆ ਜੀ ਤੀਸਰੇ ਅਭਿਆਸ ਅਸੀਂ ਕਹਿੰਦੇ ਹਾਂ ਵੀ ਦੋਨੇ ਪੈਰ ਤੇ ਹੱਡੀਆਂ ਜੋੜ ਲਓ ਹੱਥ ਗੋਡਿਆਂ ਤੇ ਰੱਖ ਲਵੋ ਹੁਣ ਆਪਦੀ ਮੰਨ ਦੀ ਸ਼ਕਤੀ ਨਾਲ ਗੋਡਿਆਂ ਨੂੰ ਥੱਲੇ ਨੂੰ ਤੱਕੋ ਯਾਨੀ ਹੱਥ ਨਾਲ ਨਹੀਂ ਮੰਨ ਦੀ ਸ਼ਕਤੀ ਨਾਲ ਕਮਾਂਡ ਦੇ ਕੇ ਵੀ ਆਪਾਂ ਕਮਾਂਡ ਦੇਣੀ ਹੈ ਵੀ ਗੋਡੇ ਆਪੀ ਸਖਤ ਹੋ ਕੇ ਥੱਲੇ ਨੂੰ ਜਾਣਗੇ ਉਹ ਤਾਂ ਬੋਡੀ ਨੇ ਕਰਨੀ ਆਹ ਮਾਨਸਿਕ ਤੌਰ ਤੇ ਗੋਡਿਆਂ ਨੂੰ ਥੱਲੇ ਨੂੰ ਲਾਓ ਫੇਟੇ ਲਾ ਛੜ ਲੋ ਪੰਜ ਵਾਰ ਇਹ ਕਰ ਲੋ ਹੋ ਗਿਆ ਫਿਰ ਦਮ ਲੈ ਲੋ ਜੀ ਪਿੱਛੇ ਹੱਥ ਲਾ ਜਾ ਕੇ ਪੈਰ ਖੋਲ ਕੇ ਇਹ ਤਿੰਨ ਵਿਅਾਸ ਹੋ ਗਏ ਚੌਥਾ ਵਿਅਾਸ ਕੀ ਹੈ ਸੱਜੀ ਹੱਡੀ ਨੂੰ ਚਿਤਰਾ ਦੇ ਨਾਲ ਲਾ ਕੇ ਇਸ ਨੂੰ ਪੰਜਵੇਰੀ ਇਕੱਠੀ ਕਰ ਲੋ ਪੰਜਵੇਰੀ ਨਸਾਲ ਲੋ ਫਿਰ ਖੱਬੀ ਨੂੰ ਪੰਜਵੇਰੀ ਇਹ ਕਰ ਲੋ ਉਦੋਂ ਬਾਅਦ ਫਿਰ ਦਮ ਲੈ ਲੋ ਯਾਨੀ ਹਰੇਕ ਪੰਜ ਪੰਜ ਦੇ ਅਭਿਆਸ ਬਾਅਦ ਬੰਦੇ ਨੂੰ ਮਗਰ ਹੱਥ ਲੱਖ ਕੇ ਦਮ ਲੈ ਲੈਣਾ ਹੁੰਦਾ ਹੈਗਾ ਇਹ ਕਿੰਨਾ ਕੁ ਟਾਈਮ ਟੋਟਲ ਐਕਸਰਸਾਈਜ਼ ਬਣਦੀ ਹੈਗੀ ਇਹ ਇਹ ਤਾਂ ਮੇਰੇ ਹਿਸਾਬ ਨਾਲ ਸਾਰੀ ਇਹ 10-15 ਮਿੰਟ ਦੀ ਕੰਮ ਖਤਮ ਹੋ ਜਾਂਦਾ ਹੈ ਬਾਕੀ ਮਰੀਜ਼ ਉੱਤੇ ਕੰਨਦਾ ਹੁੰਦਾ ਹੈ ਠੀਕ ਹੈ ਨਹੀਂ ਜਿਹੜਾ ਅਗਲਾ ਅਭਿਆਸ ਹੈ ਉਹਦੇ ਚ ਅਸੀਂ ਗੋਡੇ ਨੂੰ ਛਾਤੀ ਨਾਲ ਹੀ ਲਾ ਕੇ ਰੱਖਦੇ ਹਾਂ ਤੇ ਅਸੀਂ ਮਰੀਜ਼ ਨੂੰ ਕਹਿੰਦੇ ਆ ਭਾਈ ਪੈਰ ਨੂੰ ਜਾਂ ਲੱਤ ਨੂੰ ਪੰਜਵੇਰੀ ਸੱਜੇ ਕਮਾਓ ਪੰਜਵੇਰੀ ਖੱਬੇ ਕਮਾਓ ਫਿਰ ਹੀ ਖੱਬੇ ਨਾਲ ਪਹਿਲਾਂ ਪੰਜਵੇਰੀ ਸਿੱਧਾ ਪੰਜਵੇਰੀ ਪੁੱਠਾ ਇਹ ਬੈਠ ਕੇ ਇਸ ਤਰ੍ਹਾਂ ਧਰਤੀ ਤੇ ਬੈਠ ਕੇ ਇਹ ਸਾਰੇ ਮੇਖ ਲੈ 10 ਮਿੰਟ ਦਾ ਕੰਮ ਹੈ ਸਮਝ ਆ ਗਈ ਸੀ ਗੱਲ ਜੀ ਇਹ ਕਰਕੇ ਫਿਰ ਬੰਦਾ ਆਰਾਮ ਨਾਲ ਉੱਠ ਖੜੇ ਇਸ ਤਰ੍ਹਾਂ ਰੋਜ਼ ਕਰਨ ਦੇ ਨਾਲ ਗੋਡਿਆਂ ਦੇ ਆਪਰੇਸ਼ਨ ਤੋਂ ਜਿਹੜਾ ਚੱਕਰ ਹੈ ਉਹ ਬੰਦਾ ਬਚ ਜਾਂਦਾ ਹੈ ਜੀ ਅਸੀਂ ਇਹ ਕਹਿੰਦੇ ਹੁੰਨੇ ਆ ਵੀ ਇਹ ਅਭਿਆਸ ਕਰਨ ਤੋਂ ਪਹਿਲਾਂ ਗੋਡਿਆਂ ਨੂੰ ਗਰਮ ਠੰਡਾ ਪਾਣੀ ਦਾ ਸੇਕ ਦੇ ਕੇ ਨਰਮ ਕਰਕੇ ਫਿਰ ਇਹ ਅਭਿਆਸ ਕਰ ਲੋ ਜਿਹੜਾ ਆਪਾਂ ਪਿਛਲੀ ਇੰਟਰਵਿਊ ਦੇ ਵਿੱਚ ਦੱਸਿਆ ਸੀਗਾ ਵੀ ਗੋਡਿਆਂ ਵਾਲੇ ਹਾਂਜੀ ਉਹ ਕਰ ਲਵੋ ਤੇ ਅਖੀਰ ਦੇ ਵਿੱਚ ਜਦੋਂ ਸਾਰਾ ਕੁਝ ਹੀ ਦਮ ਲੈਣਾ ਫਿਰ ਹੱਥਾਂ ਨੂੰ ਗੋਡਿਆਂ ਤੇ ਰੱਖ ਲਵੋ ਤੇ ਗੋਡਿਆਂ ਨੂੰ ਬਾਰ ਬਾਰ ਸੱਜੇ ਖੱਬੇ ਕਰਕੇ ਟਪਾਈ ਜੇ ਚੱਲੋ ਉਹ ਜਦੋਂ ਕੋਈ ਸਾਡੇ ਦਿਸ਼ਾ ਨਿਰਦੇਸ਼ ਮੁਤਾਬਕ ਮੂਹਰੇ ਬੰਦਾ ਕਰਦਾ ਉਹ ਜਦੋਂ ਦੇਖ ਲੈਂਦਾ ਤਾਂ ਹਰੇਕ ਨੂੰ ਆਰਾਮ ਆ ਜਾਂਦਾ ਉਹ ਕਪਾਥਰੇਪੀ ਜੀ ਹੁੰਦੀ ਹੈ ਜਿਹਨੂੰ ਐ ਕੱਪ ਜਾਂ ਬਣਾ ਕੇ ਨਹੀਂ ਹੱਥ ਨੂੰ ਕੱਪ ਜਾਂ ਬਣਾ ਕੇ ਗੋਡਿਆਂ ਦੇ ਚਾਰ ਸਪੇਰੇ ਥੱਪੜ ਜੇ ਮਾਰੀ ਚੱਲੋ ਇੱਕ ਤੇ ਇਹ ਹੁੰਦਾ ਹੈ ਇੱਕ ਹੁੰਦਾ ਹੈ ਮੁਠੀ ਮੁਠੀ ਦੇ ਨਾਲ ਦੋਨੋਂ ਗੋਡਿਆਂ ਨੂੰ ਕੁੱਟਣਾ ਹੈ ਚੱਪਣੀ ਦੇ ਆਲੇ ਦੁਆਲੇ ਕਿੰਨੇ ਕ ਮਤਲਬ ਉਹਦਾ ਉਹਦੇ ਕਿਹੜੇ ਹੁੰਦੇ ਆ ਪੰਜ ਗੇੜੇ ਦੇ ਲੋ 10 ਦੇ ਲੋ ਫੋਰਸ ਕਿੰਨੀ ਕ ਯੂਜ਼ ਕਰਨੀ ਆ ਜ਼ੋਰ ਕਿੰਨਾ ਕ ਲਾਉਣਾ ਜਿੰਨਾ ਇੱਕ ਬੰਦੇ ਦੇ ਗੋਡੇ ਝੱਲ ਲੈ ਡਾਕਟਰ ਸਾਹਿਬ ਇੱਕ ਇਹ ਕਿਹੜੇ ਸਮੇਂ ਕਰਨੀ ਚਾਹੀਦੀ ਆ ਸਵੇਰ ਦੇ ਕਿ ਸ਼ਾਮ ਵੇਲੇ ਆਥਣ ਵੇਲੇ ਕਰਨੀ ਚਾਹੀਦੀ ਦੇਖੋ ਜਿਹੜਾ ਬੰਦਾ ਹੈਲਥ ਕੌਨਸ਼ੀਅਸ ਹੈ ਉਹਨੂੰ ਕਹਾਂਗੇ ਅਸੀਂ ਸਵੇਰ ਵੀ ਕਰ ਤੇ ਸ਼ਾਮ ਵੀ ਕਰ ਹੂੰ ਜਿਹੜਾ ਜੁੜੇ ਪਿਆ ਉਹਨੂੰ ਕਹਾਂਗੇ ਭਾਈ ਦਿਨ ਚ ਤਿੰਨ ਵਾਰ ਕਰ ਹੂੰ ਆਮ ਬੰਦੇ ਨੂੰ ਅਸੀਂ ਇਹ ਕਹਿੰਨੇ ਆ ਵੀ ਸਵੇਰੇ ਪਾਣੀ ਧਾਣੀ ਪੀ ਕੇ ਲੱਟਨ ਬਾਥਰੂਮ ਵਗੈਰਾ ਜਾ ਕੇ ਡਿਊਟੀ ਤੇ ਜਾਣ ਤੋਂ ਪਹਿਲਾਂ ਇਹ ਅਭਿਆਸ ਕਰਕੇ ਜਾਵੇ ਸ਼ਾਮ ਨੂੰ ਘਰ ਆ ਕੇ ਆਰਾਮ ਕਰਕੇ ਠੀਕ ਹੈ ਪਾਣੀ ਧਾਣੀ ਪੀ ਕੇ ਸ਼ਾਮ ਨੂੰ ਕਰਕੇ ਪਵੇ ਜੀ ਤੇ ਨਹੀਂ ਇੱਕ ਟਾਈਮ ਤਾਂ ਬੰਦੇ ਨੂੰ ਸੁਭਾ ਜਰੂਰ ਕਰਨੀ ਚਾਹੀਦੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਜੀ ਓਕੇ ਵੀਰ ਜੀ ਇਹਨਾਂ ਡਾਕਟਰ ਸਾਹਿਬ ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਸੀ ਆਪਾਂ ਸਿਹਤ ਨੂੰ ਲੈ ਕੇ ਬਹੁਤ ਵੱਡਾ ਮੁੱਦਾ ਤੇ ਕੋਸ਼ਿਸ਼ ਇਹੀ ਆ ਵੀ ਜੇ ਕਿਸੇ ਦਾ ਹੱਲ ਹੁੰਦਾ ਤਾਂ ਉਹ ਤੋਂ ਬਿਹਤਰ ਕੋਈ ਚੀਜ਼ ਨਹੀਂ ਤੁਸੀਂ ਜੁੜੇ ਹੋਏ ਸੀ ਅਖਰ ਦੇ ਨਾਲ ਤੁਹਾਡਾ ਧੰਨਵਾਦ